ਝੋਕ ਟੈਲਿਸਿਕ ਦੇ ਵਿੱਚ ਜਿਹੜੀ ਅੱਜ ਤੁਹਾਡੀ ਰੈਲੀ ਕੀਤੀ ਗਈ, ਕਿੰਨਾ ਕੁ ਸੰਯੋਗ ਤੁਹਾਨੂੰ ਸਰ ਪਿੰਡਾਂ ਦੇ ਵਿੱਚ ਮਿਲਦਾ ਜੀ? ਸਾਰੇ ਸਿੰਘ ਸਰਪੰਚ ਨੇ, ਇਹਨਾਂ ਨੇ ਆਪਦੇ ਸਰਪੰਚ ਸਿੱਧੀ ਹੋਰ ਵੀ ਬੁਲਾਏ ਔਰ ਇਹਨਾਂ ਨੇ ਪੂਰਾ ਵੱਧ ਚੜ੍ਹ ਕੇ ਮੇਰਾ ਸਾਥ ਦਿੱਤਾ। ਮੇਰੇ ਪੁਰਾਣੇ ਪਰਿਵਾਰਕ ਸੰਬੰਧ ਨੇ ਇਹਨਾਂ ਸਾਰੇ ਪਿੰਡਾਂ ਦੇ ਵਿੱਚ, ਠੀਕ ਹੈ ਕਿ ਲੋਕਾਂ ਨੂੰ ਇਹ ਵੀ ਨਾਰਾਜ਼ਗੀ ਹੋ ਗਈ ਸੀ ਕਿ ਮੈਂ ਦੂਜੇ ਪਾਸੇ ਜਾ ਕੇ ਇਲੈਕਸ਼ਨ ਲੜਿਆ, ਦੂਜੀ ਕੰਸਟੀਚੁਐਂਸੀ ਤੋਂ ਲੜਿਆ, ਲੇਕਿਨ ਅੱਜ ਇਹਨਾਂ ਨੇ ਫਿਰ ਮੇਰਾ ਮੇਰੇ ਹੌਸਲੇ ਬੁਲੰਦ ਕੀਤੇ ਨੇ, ਮੈਨੂੰ ਜਿਣਿਆ ਕਿਹਾ ਔਰ ਮੇਰੇ ਨੂੰ ਸਮਰਥਨ ਦਿੱਤਾ ਹੈਗਾ ਲੋਕ ਸਭਾ ਦੇ ਵਿੱਚ ਕਿ ਤੁਸੀਂ ਜੀ ਸਾਡੇ ਕੋਲ ਵਾਪਸ ਆ ਗਏ, ਅਸੀਂ ਵੋਟ ਤੁਹਾਨੂੰ ਪਾਵਾਂਗੇ ਭਾਰਤੀ ਜਨਤਾ ਪਾਰਟੀ। ਸਰ ਕਿੱਦਾਂ ਦਾ ਲੱਗਦਾ ਕਿ ਕਿਹਦੇ ਨਾਲ ਤੁਹਾਡੀ ਜ਼ਿਆਦਾ ਫੈਟ ਹੋਏਗੀ ਇਸ ਇਲੈਕਸ਼ਨ ਦੇ ਵਿੱਚ? ਗੱਲ ਦੱਸੋ, ਜਿਹੜੇ ਬੰਦੇ ਨੇ ਕੰਮ ਹੀ ਨਹੀਂ ਕੀਤਾ ਉਹਦੀ ਮੇਰੀ ਕੀ ਰੁਕਾਵਟ ਹੋਣੀ? ਤੁਸੀਂ ਦੱਸੋ, ਸ਼ੇਰ ਸਿੰਘ ਘੁਬਾਏ ਦਾ ਇੱਥੇ ਆ ਬੈਠੇ ਨੇ, ਸਾਰੇ ਸਰਪੰਚ ਸਾਰੇ ਮੌਜੂਦ ਬੰਦੇ ਬੈਠੇ ਨੇ, ਪੁੱਛੋ ਵੀ ਸ਼ੇਰ ਸਿੰਘ ਘੁਬਾਇਆ ਕੀ ਮੁਕਾਬਲਾ ਬੰਦ ਨਾ ਕਰਨ ਦੇ? ਹੁਣ ਵੀ ਨਹੀਂ ਆਇਆ, ਹੋਰ ਦੱਸੋ। ਸਰ ਅੱਜ ਜਸਪਾਲ ਸਿੰਘ ਨੰਨੂ ਜੀ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਬੀਜੇਪੀ ਛੱਡ ਕੇ, ਸਰ ਕੀ ਕਾਰਨ ਬਣੇ ਨੇ ਉਹਨਾਂ ਦੇ? ਉਹਨਾਂ ਨੇ ਤਾਂ ਪਾਰਟੀ ਪਹਿਲਾਂ ਵੀ ਛੱਡੀ ਸੀ ਅਤੇ ਹੁਣ ਫਿਰ ਛੱਡ ਗਏ ਨੇ। ਉਹਨਾਂ ਦਾ ਮੇਰੇ ਖਿਆਲ ਹੋਰ ਕੁਛ ਕਰਨ ਨੂੰ ਇਰਾਦਾ ਹੋਣਾ ਕੋਈ ਹੌਸਲੇ ਦੇ ਜਾਣ ਦਾ, ਕਿਉਂਕਿ ਉਹਨਾਂ ਉਹ ਜ਼ਿਆਦਾ ਵਧੀਆ ਜਵਾਬ ਦੇ ਸਕਦੇ ਦਾ ਅਤੇ ਬਾਕੀ ਉਹਨਾਂ ਦੀ ਮਰਜ਼ੀ। ਸਰ ਕੀ ਏਜੰਡੇ ਹੋਣਗੇ ਬੀਜੇਪੀ ਦੇ ਜਿੱਤ ਦੇ ਨਾਲ? ਬੀਜੇਪੀ ਦੇ ਏਜੰਡੇ ਬਹੁਤ ਨੇ। ਬੀਜੇਪੀ ਚਾਹੁੰਦਾ ਕਿ ਪੰਜਾਬ ਇਸ ਵੇਲੇ 17ਵੇਂ ਨੰਬਰ 'ਤੇ, ਅਸੀਂ ਇਹਨੂੰ ਪਹਿਲੇ ਨੰਬਰ 'ਤੇ ਸੀਗਾ, ਪਹਿਲੇ ਨੰਬਰ 'ਤੇ ਲਿਆਵਾਂਗੇ। ਪ੍ਰਧਾਨ ਮੰਤਰੀ ਜੀ ਦਾ ਬਹੁਤ ਇੱਕ ਸੁਪਨਾ ਹੈ ਕਿਉਂਕਿ ਪੰਜਾਬੀ ਉਹਨਾਂ ਦੇ ਦਿਲ ਦੇ ਨੇੜੇ ਨੇ, ਉਹ ਚਾਹੁੰਦੇ ਨੇ ਕਿ ਮੈਂ ਪੰਜਾਬੀਆਂ ਨੂੰ ਸਪੋਰਟ ਕਰਕੇ ਇਹਨਾਂ ਦੀ ਆਰਥਿਕ ਸਥਿਤੀ ਨੂੰ, ਇੱਥੋਂ ਦੇ ਜਿਹੜੀਆਂ ਸਾਡੇ ਵਿਕਾਸ ਦੇ ਹੋਰ ਕੰਮ ਨੇ। ਤੁਸੀਂ ਦੇਖੋ ਸੜਕਾਂ ਦਾ ਜਾਲ ਵਿਛ ਗਿਆ, ਅੱਜ ਅਸੀਂ ਬਠਿੰਡੇ, ਲੁਧਿਆਣਾ, ਅੰਮ੍ਰਿਤਸਰ ਇੱਧਰ ਜਾਣਾ ਹੋਵੇ ਤਾਂ ਉਹ ਸੜਕਾਂ ਕਿਵੇਂ ਆਹ ਹੁਣ ਫਿਰੋਜ਼ਪੁਰ ਫਾਜ਼ਿਲਕਾ ਹੈ, ਇਹ ਵੀ ਅਸੀਂ ਮਨਜ਼ੂਰ ਕਰਾ ਲਈਏ ਗਡਕਰੀ ਸਾਹਿਬ ਨੂੰ ਕਹਿ ਕੇ, ਇਹਦਾ ਕੰਮ ਵੀ ਇਲੈਕਸ਼ਨ ਤੋਂ ਬਾਅਦ ਸ਼ੁਰੂ ਹੋ ਜਾਏਗਾ। ਇਹ ਵੀ 4 ਲੇਨ ਸੜਕ ਬਣ ਜਾਏਗੀ, ਇਹਦੇ 'ਚ ਕਿੰਨੇ ਐਕਸੀਡੈਂਟ, ਕਿੰਨੀਆਂ ਲੋਕਾਂ ਦਾ ਆਵਾਜਾਈ ਜਿਹੜਾ ਹੈਗਾ ਉਹ ਵੱਧ ਜਾਏਗਾ। ਦੂਜਾ, ਅਸੀਂ ਇੰਡੀਆ ਪਾਕਿਸਤਾਨ ਦਾ ਜਿਹੜਾ ਹੁਸੈਨੀ ਵਾਲਾ ਬਾਰਡਰ ਹੈ ਉਹ ਖੋਲ੍ਹਣ ਦੀ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਾਂਗੇ ਕਿ ਉਹ ਪਾਕਿਸਤਾਨ ਦੀ ਸਰਕਾਰ ਦੇ ਨਾਲ ਗੱਲਬਾਤ ਕਰਕੇ ਇੱਥੇ ਵੀ ਟ੍ਰੇਡ ਸ਼ੁਰੂ ਹੋ ਜਾਵੇ ਤਾਂ ਕਿ ਲੋਕਾਂ ਨੂੰ ਅਤੇ ਮਾਲਵੇ ਸਾਰੇ ਇਹਦਾ ਫਾਇਦਾ ਹੋਵੇ। ਸਰ ਇੱਕ ਬੀਜੇਪੀ ਦੀ ਤਰਫੋਂ ਇੱਕ ਜਿਹੜੇ ਜਿੰਨੇ ਕਿੰਨੀ ਕੈਂਡੀਡੇਟਾਂ ਨੂੰ ਕਿੰਨੀ ਕੁ ਪੰਜਾਬ 'ਚ ਸੀਟਾਂ ਮਿਲਣਗੀਆਂ ਬੀਜੇਪੀ? ਹਾਂਜੀ, ਕਿੰਨੀ ਕੁ ਜਿੱਤ ਮਿਲੇਗੀ ਸਰ ਇਸ ਇਲੈਕਸ਼ਨ ਦੇ ਵਿੱਚ ਜਿੰਨੇ ਕੈਂਡੀਡੇਟ ਬੀਜੇਪੀ ਦੇ ਖੜੇ? ਬੀਜੇਪੀ ਨੂੰ ਬਹੁਤ ਬਹੁਮਤ ਮਿਲੇਗਾ, ਦੂਜੀ ਪਾਰਟੀ ਨੇੜੇ ਤੇੜੇ ਨਹੀਂ ਹੋਣੇ। ਅਸੀਂ ਤਾਂ ਟ੍ਰਿਪਲ 3 ਫਿਗਰਾਂ 'ਚ ਆਉਣਾ, ਉਹਨਾਂ ਨੇ ਕਿਸੇ ਨੇ 1 ਫਿਗਰ 'ਚ ਆਉਣਾ, ਕਿਸੇ ਨੇ 2 'ਚ ਆਉਣਾ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।